ਭਾਰਤੀ ਡਾਕ ਵਿੱਚ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਪ੍ਰਾਪਤ ਹੋਇਆ। ਇਸ ਲਈ ਇੰਡੀਆ ਪੋਸਟ ਨੇ ਪੇਂਡੂ ਡਾਕ ਸੇਵਾ GDS ਦੀਆਂ ਅਸਾਮੀਆਂ ਲਈ ਨੌਕਰੀਆਂ ਕੱਢੀਆਂ ਹਨ। ਇਹਨਾਂ ਅਸਾਮੀਆਂ ਲਈ ਅਰਜੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ ਅਰਜੀ ਫਾਰਮ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 23 ਅਗਸਤ ਤੱਕ ਤੈਅ ਕੀਤੀ ਗਈ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਇੰਡੀਆ ਪੋਸਟ ਦੀ ਅਧਿਕਾਰਿਕ ਵੈਬਸਾਈਟ ਇੰਡੀਆ ਪੋਸਟ GDSonline.gov.in ਰਾਹੀਂ ਆਨਲਾਈਨ ਅਰਜੀ ਦੇ ਸਕਦੇ ਹਨ। ਦੱਸ ਦਈਏ ਕਿ ਉਮੀਦਵਾਰ 24 ਅਗਸਤ ਤੋਂ 26 ਅਗਸਤ ਤੱਕ ਆਪਣੇ ਅਰਜੀ ਫਾਰਮ ਨੂੰ ਇੰਡੀਆ ਪੋਸਟ GDS ਭਰਤੀ ਸਾਲ 2023 ਦੇ ਤਹਿਤ 30,041 ਅਸਾਮੀਆਂ ਦੀ ਭਰਤੀ ਕੀਤੀ ਜਾਣੀ ਹੈ। ਜੇਕਰ ਤੁਸੀਂ ਵੀ ਇੰਡੀਆ ਪੋਸਟ ਵਿੱਚ ਨੌਕਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਸਾਡੀ ਇਸ ਰਿਪੋਰਟ ਵਿੱਚ ਦਿੱਤੀਆਂ ਜਾ ਰਹੀਆਂ ਅਹਿਮ ਜਾਣਕਾਰੀਆਂ ਨੂੰ ਧਿਆਨ ਨਾਲ ਸੁਣੋ। ਇਸ ਭਰਤੀ ਮੁਹਿੰਮ ਦਾ ਟੀਚਾ 30,041 ਪੇਂਡੂ ਡਾਕ ਸੇਵਾ GDS ਦੀਆਂ ਅਸਾਮੀਆਂ ਨੂੰ ਭਰਨਾ ਹੈ। ਜਿਹੜੇ ਉਮੀਦਵਾਰ ਇਹਨਾਂ ਅਸਾਮੀਆਂ ਲਈ ਅਪਲਾਈ ਕਰ ਰਹੇ ਹਨ ਉਹਨਾਂ ਦੀ ਉਮਰ ਸੀਮਾ 18 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਦੱਸ ਦਈਏ ਕਿ ਭਾਰਤ ਸਰਕਾਰ ਸੂਬਾ ਸਰਕਾਰਾਂ ਦੁਆਰਾ ਮਾਨਤਾ ਪ੍ਰਾਪਤ ਕਿਸੇ ਵੀ ਸਕੂਲ ਸਿੱਖਿਆ ਬੋਰਡ ਦੁਆਰਾ ਕਰਵਾਏ ਗਏ ਗਣਿਤ ਅਤੇ ਅੰਗਰੇਜ਼ੀ ਲਾਜ਼ਮੀ ਜਾਂ 94 ਵਿਸ਼ਿਆਂ ਵਿੱਚੋਂ ਪੜ੍ਹੇ ਗਏ ਦੇ ਨਾਲ 10ਵੀਂ ਜਮਾਤ ਦੇ ਸੈਕੰਡਰੀ ਸਕੂਲ ਪ੍ਰੀਖਿਆ ਪਾਸ ਕਰਨ ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ। ਭਾਰਤ ਵਿੱਚ ਕੇਂਦਰ ਸ਼ਾਸਿਤ ਸੂਬਿਆਂ ਵਿੱਚ GDS ਦੀਆਂ ਸਾਰੀਆਂ ਪ੍ਰਵਾਨਿਤ ਸ਼੍ਰੇਣੀਆਂ ਲਈ ਇੱਕ ਲਾਜ਼ਮੀ ਵਿਦਿਅਕ ਯੋਗਤਾ ਹੋਵੇਗੀ। ਉਮੀਦਵਾਰਾਂ ਨੂੰ ਲਾਜ਼ਮੀ ਜਾਂ 94 ਵਿਸ਼ੇ ਵਜੋਂ ਘੱਟੋ ਘੱਟ ਸੈਕੰਡਰੀ ਪੱਧਰ ਤੱਕ ਸਥਾਨਕ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ। ਉਮੀਦਵਾਰਾਂ ਨੂੰ ਅਰਜੀ ਫੀਸ ਵਜੋਂ 100 ਰੁਪਏ ਅਦਾ ਕਰਨੇ ਪੈਣਗੇ। ਅਰਜੀ ਭਰਨ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਇੰਡੀਆ ਪੋਸਟ ਦੀ ਅਧਿਕਾਰਿਕ ਵੈਬਸਾਈਟ indiapostgdsonline.gov.in ਤੇ ਜਾਣਾ ਹੋਵੇਗਾ। ਹੋਮ ਪੇਜ ਤੇ ਰਜਿਸਟ੍ਰੇਸ਼ਨ ਲਿੰਕ ਤੇ ਕਲਿੱਕ ਕਰੋ, ਰਜਿਸਟਰ ਕਰੋ ਅਤੇ ਅੱਗੇ ਵਧੋ। ਉਸ ਤੋਂ ਬਾਅਦ ਐਪਲੀਕੇਸ਼ਨ ਫੀਸ ਦਾ ਭੁਗਤਾਨ ਕਰਨਾ ਹੋਵੇਗਾ। ਸਾਰੇ ਲੋੜੀਂਦੇ ਦਸਤਾਵੇਜ਼ ਤੁਹਾਨੂੰ ਅਪਲੋਡ ਕਰਨੇ ਹੋਣਗੇ। ਅਰਜੀ ਜਮ੍ਹਾਂ ਕਰੋ ਅਤੇ ਭਵਿੱਖ ਦੇ ਸੰਦਰਭ ਲਈ ਇੱਕ ਪ੍ਰਿੰਟ ਆਊਟ ਲਓ। ਇਸ ਤਰੀਕੇ ਨਾਲ ਸਾਰੀ ਪ੍ਰਕਿਰਿਆ ਨੂੰ ਤੁਸੀਂ ਘਰ ਬੈਠੇ ਆਨਲਾਈਨ ਆਪਦਾ ਫਾਰਮ ਅਪਲਾਈ ਕਰ ਸਕਦੇ ਹੋ ਅਤੇ ਪੇਪਰ ਪਾਸ ਕਰਕੇ ਤੁਸੀਂ ਆਪਦਾ ਸੁਨਹਿਰੀ ਭਵਿੱਖ ਬਣਾ ਸਕਦੇ ਹੋ। ਤਾਂ ਵੱਡੀ ਖਬਰ ਬੇਰੁਜ਼ਗਾਰੀ ਨੂੰ ਦੂਰ ਕਰਨ ਦੇ ਲਈ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਭਾਰਤੀ ਡਾਕ ਪੇਂਡੂ ਗ੍ਰਾਮੀਣ ਡਾਕ ਸੇਵਾ ਨੇ ਜਿਹੜੀ 30,000 ਤੋਂ ਵੱਧ ਅਸਾਮੀਆਂ ਜਿਹੜੀਆਂ ਲੱਖਾਂ ਬੇਰੁਜ਼ਗਾਰਾਂ ਦੇ ਭਵਿੱਖ ਸਵਾਰਾਂ ਨੂੰ ਕੱਢੀਆਂ ਗਈਆਂ ਹਨ। ਜਿੰਨੇ ਵੀ ਬੇਰੁਜ਼ਗਾਰ ਪੜ੍ਹੇ ਲਿਖੇ ਨੌਜਵਾਨ ਹਨ ਉਹ ਇਸ ਭਰਤੀ ਨੂੰ ਜ਼ਰੂਰ ਭਰੋ ਅਤੇ ਆਪਦੇ ਸੁਨਹਿਰੀ ਭਵਿੱਖ ਦਾ ਟੀਚਾ ਸਾਕਾਰ ਕਰੋ। ਸਾਨੂੰ ਪੂਰੀ ਉਮੀਦ ਹੈ ਇਹ ਸਟੋਰੀ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ। ਅਗਰ ਚੰਗੀ ਲੱਗੀ ਹੋਵੇ ਤਾਂ ਇਸ 'ਤੇ ਤੁਸੀਂ ਆਪਦੇ ਪ੍ਰਤੀਕਰਮ ਜ਼ਰੂਰ ਦੇਣਾ ਅਤੇ ਵੱਧ ਤੋਂ ਵੱਧ ਇਸ ਖਬਰ ਨੂੰ ਲਾਈਕ ਸ਼ੇਅਰ ਕਰੋ। ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।